ਸੈਸ਼ਨ ਰੱਦ ਹੋਣ ਤੇ ਹਰਪਾਲ ਚਿਮਾ ਨੇ ਵਿਰੋਧੀਆਂ ਨੂੰ ਕੇਰਿਆ ਹਰਪਾਲ ਚਿਮਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਰੱਦ ਹੋਣਾ ਲੋਕਤੰਤਰ ਦਾ ਕਾਣ ਹੈ ਅਤੇ ਭਾਜਪਾ ਸੰਗੀਟਾਂ ਚ ਨੂੰ ਖਤਮ ਕਰ ਰਹੀ ਹੈ ਅਤੇ ਕੱਲ ਦਾ ਦਿਨ ਪੰਜਾਬ ਦੇ ਲਈ ਕਾਲਾ ਦਿਨ ਸੀ ਜਦੋਂ ਇਹ ਫੈਸਲਾ ਸਾਹਮਣੇ ਆਇਆ ਕਿ ਸੈਸ਼ਨ ਨੂੰ ਰੱਦ ਕੀਤਾ ਜਾਵੇ ਤਿੰਨ ਤਿੰਨ ਜਿਹੜੇ ਭਾਜਪਾ ਦੇ ਖਾਸਮ ਖਾਸ ਵਿਅਕਤੀ ਸੀ ਜਿਨ੍ਹਾਂ ਚ ਕਹਿਣ ਨੂੰ ਕਾਂਗਰਸੀ ਨੇ ਪਰ ਸਾਰੇ ਹੈਗੇ ਭਾਜਪਾ ਦੇ ਬੰਦੇ ਉਹਨਾਂ ਤੋਂ ਇੱਕ ਐਪਲੀਕੇਸ਼ਨ ਲੈ ਕੇ ਕੱਲ ਜਿਹੜਾ ਸੈਸ਼ਨ ਅੱਜ ਹੋਣਾ ਸੀ ਉਹਨੂੰ ਮਨਜੋਗ ਗਵਰਨਰ ਸਾਹਿਬ ਨੇ ਰੱਦ ਕੀਤਾ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਕੀਤਾ ਦਿਨ ਦਿਹਾੜੇ ਸੰਗੀ ਢਾਚੇ ਨੂੰ ਤੋੜਨ ਦਾ ਯਤਨ ਕੀਤਾ ਦਿਨ ਦਿਹਾੜੇ ਲਗਾਤਾਰ ਮੈਂ ਸਮਝਦਾ ਜਿਹੜਾ ਹਿਸਟੋਰਿਕ ਮਤਦਾਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਸੀਗਾ ਉਹਨੂੰ ਇੱਕ ਸਿਲੇਕਟਡ ਬੰਦੇ ਨੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਵਿੱਚ ਭਾਜਪਾ ਨੇ ਲੋਕਤੰਤਰ ਦਾ ਕਤਲ ਕੀਤਾ ਇਹ ਹਿਸਟੋਰਿਕ ਮੈਸਮ ਦਾ ਬਲੈਕ ਡੇ ਸੀਗਾ ਇਤਿਹਾਸਿਕ ਕਾਲਾ ਦਿਨ ਲਿਖਿਆ ਗਿਆ ਕੱਲ ਜਦੋਂ ਮਾਨਜੋ ਗਵਰਨਰ ਸਾਹਿਬ ਨੇ ਇਹ ਆਰਡਰ ਪਾਸ ਕੀਤੇ ਆਰਡਰ ਕਿਹਦੀ ਐਡਵਾਈਸ ਤੇ ਪਾਸ ਕੀਤੇ ਇੰਡੀਆ ਦੇ ਐਡੀਸ਼ਨਲ ਸੋਲੀਸਟਰ ਜਨਰਲ ਦੀ ਐਡਵਾਈਸ ਦੇ ਉੱਤੇ ਜਿਹੜੇ ਕਿ ਭਾਜਪਾ ਦੁਆਰਾ ਲਾਏ ਗਏ ਨੇ ਉਹ ਜਿਹੜੇ ਭਾਜਪਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਨੇ ਚੰਡੀਗੜ੍ਹ ਤੋਂ ਉਹਨਾਂ ਦੀ رائے ਦੇ ਉੱਤੇ ਜਿਹੜੇ ਅੱਜ ਦੇਸ਼ ਦੇ ਜਿਹੜੀ ਸਾਡੀ ਸਰਵੋੱਚ ਸੰਸਥਾ ਕੀ ਉਹਦੇ ਚ ਐਡੀਸ਼ਨਲ ਸਲਿਸਟਰ ਜਰਨਲ ਲਗੇ